ਡੋਲਗੀ ਡੋਲਗੀ ਕੋਈ ਆ ਜਿਹਦਾ ਮਰ ਗਿਆ ਨਾ ਲੈਂਦੇ ਨੇ ਜਿਹੜਾ ਕੋਈ ਚੰਗਾ ਕੰਮ ਕਰਕੇ ਗਿਆ ਉਹਦਾ ਹੀ ਲੈਣਾ ਮਗਰ ਕਿਸੇ ਨਾ ਸਹੀ ਗੱਲ ਰੋਜ਼ ਕੋਈ ਨਾ ਕੋਈ ਦੋ ਚਾਰ ਸ਼ਖਸ ਜ਼ਰੂਰ ਉਸ ਬੰਦੇ ਦਾ ਨਾਂ ਲੈਂਦੇ ਨੇ ਆਉਂਦੇ ਨੇ ਅਗਰ ਤੂੰ ਵੀ ਆਇਆ ਮੇਰਾ ਤਾਂ ਚਾਚਾ ਜੀ ਉਹ ਚਲੋ ਗੱਲ ਹੈ ਤੁਹਾਡੇ ਨਾਲ ਚਲੋ ਵੱਖਰੀ ਗੱਲ ਹੈ ਪਰ ਫਿਰ ਵੀ ਤੁਸੀਂ ਬਾਗ ਵਾਲੀ ਵੀ ਦੇਖ ਕੇ ਆਖਿਆ ਨਾ ਨਿਸ਼ਾਨਾ ਵੀ ਦੇਖ ਕੇ ਆਖਿਆ ਨਾ ਹਜ਼ਾਰ ਹੈ ਚੰਗਾ ਕੰਮ ਕਰ ਗਿਆ ਬੜੀ ਬੜੀ ਦੂਰੋਂ ਆਉਂਦੇ ਨੇ ਅਜੇ ਕੁਛ ਲੋਕ ਉਹ ਨੇ ਜਿਹਨਾਂ ਨੂੰ ਪਤਾ ਵੀ ਨਹੀਂ ਮਰ ਗਿਆ ਜਦੋਂ ਉਹ ਆਉਂਦੇ ਨੇ ਉਹ ਆਣ ਕੇ ਗੱਲ ਕਰ ਰਹੇ ਹੁੰਦੇ ਅਗਲੇ ਇੱਕ ਸਿਆਲਕੋਟ ਆਇਆ ਸੀ ਉਹੀ ਕਿਤੇ ਜੇਲ੍ਹੇ ਚਾਰ ਸਾਲ ਬਾਅਦ ਆਇਆ ਆਇਆ ਉਹਦੀ ਮਾਂ ਨਹੀਂ ਆ ਜਾਂ ਪੁੱਤਰ ਪਹਿਲੇ ਉਸ ਤੋਂ ਵਾਹ ਕਰਕੇ ਆ ਇੱਥੇ ਆਇਆ ਸ਼ਾਮ ਦੀ ਰਾਨ ਹੋ ਗਈ ਵਿਚਾਰੇ ਨੂੰ ਸਿਆਲਕੋਟੋਂ ਆਇਆ ਧਿਆਨ ਕੇ ਅਤੇ ਕਹਿੰਦਾ ਬਾਬਾ ਪਹਿਲੇ ਬਾਬਾ ਕਿੱਥੇ ਬਾਬਾ ਤਾਂ ਮਰ ਗਏ ਉਸ ਬੰਦੇ ਨੇ ਅੱਧਾ ਘੰਟਾ ਸਿਰ ਨੂੰ ਟੁੱਟਿਆ ਜਾਂ ਲੱਤਾਂ ਸਿਰ ਲਿਆ ਬੈਠਾ ਜਾਂ ਬੋਲਿਆ ਵੀ ਕਿਸੇ ਨਾਲ ਮੈਂ ਘੜੀ ਘੜੀ ਬੁਲਾਵਾਂ ਹੁਣ ਤੂੰ ਜਾਣਾ ਨਹੀਂ ਮੈਂ ਲਿਆ ਵੀ ਹੋ ਗਿਆ ਕੀ ਕਹਾਂਗਾ ਮਾਂ ਨੇ ਜਾ ਕੇ ਮੈਂ ਬਾਬੇ ਨੂੰ ਮਿਲਿਆ ਹਾਂ ਹਾਂਜੀ ਹਾਂਜੀ ਹੈ ਮੱਥੂ ਕੋਟੀਆ ਕੀ ਕਹਿੰਦੇ ਉਹ ਜੀ ਕੋਈ ਨਾਲ ਲਾਇਆ ਸੀ ਕਾਲਾ ਨੰਬਰ ਤੁਹਾਡੇ ਕਿਹੜਾ ਮੇਰਾ ਕਾਲਾ ਨੰਬਰ ਹਾਂਜੀ ਹਾਂਜੀ ਸਾਡੇ ਪਿੰਡ ਜੀ ਉਹਨਾਂ ਦਾ ਮੁੱਲ ਲਾਉਣ ਡਿਆ ਤਾਂ ਪੈਲੀ ਦਾ ਕਿਹੜੀ ਪੈਲੀ ਦਾ ਐਸੀ ਕੋਈ ਦੋ ਤਿੰਨ ਕਿੱਲੇ ਜਿਹੜੀ ਪੈਲੀ ਮੱਥੂ ਕੋਟੀਆ ਆਹੋ ਆਹੋ ਹੈ ਹੈ ਉਹਨਾਂ ਨੇ ਕਹਿਣ ਡਿਆ 13 ਲੱਖ ਰੁਪਇਆ 13 ਲੱਖ ਇਹ ਪਿੰਡ ਦਾ ਸੀ ਉਹ ਮੱਥੂ ਕੋਟ ਦੇ ਸਨ ਅਤੇ ਉਹਨਾਂ ਨੂੰ ਕੀ ਕਹਿੰਦਾ ਆਈਆਂ ਪੁੱਤਰ ਇਹ ਨਸਲਿਆਂ ਵਾਲਾ ਕੰਮ ਹੈ ਜਿਹੜੀ ਜ਼ਮੀਨ ਵੇਚਣੀ ਹੈ ਅਤੇ ਇਹ ਕੰਮ ਨਾ ਕਰਿਓ ਉਹ ਫਿਰ ਬੋਲ ਕੇ ਉਨੀ ਡੇਢ ਨੂੰ ਫਿਰ ਬੋਲ ਪਿਆ ਕਾਲਾ ਕਹਿੰਦਾ ਉੱਥੇ ਚੂਤਾ ਹੀ ਆਉਂਦਾ ਵੱਡਾ ਵਪਾਰੀ ਆ ਗਿਆ ਜਾ